ਇਹ ਅਫਸੋਸ ਕਿ ਸਾਡੇ ਦੇਸ਼ ਵਿੱਚ ਅੱਜ 21ਵੀਂ ਸਦੀ 'ਚ ਇਨਸਾਨ ਦੀ ਕੀਮਤ ਕੇਵਲ 45 ਲੱਖ ਰੁਪਇਆ। ਦੋਸਤੋ ਜੋ ਜੋ ਕੁਝ ਪਿਛਲੇ ਦਿਨਾਂ 'ਚ ਲਖੀਮਪੁਰ ਖੇਰੀ ਵਾਪਰਿਆ, ਜਿਸ ਤਰ੍ਹਾਂ ਨਾਲ ਇੱਕ ਜੀਪ ਨੇ ਸ਼ਰੇਆਮ ਜਿਹੜਾ ਚਾਰ ਵਿਅਕਤੀਆਂ ਦੇ ਉੱਤੋਂ ਦੀ ਉਹ ਜੀਪ ਕੁਚਲਦੀ ਹੋਈ ਲੰਘ ਗਈ ਔਰ ਬਹੁਤ ਸ਼ੋਰ ਮਚਿਆ ਤੇ ਹੁਣ ਤਾਂ ਉਹ ਵੀਡੀਓ ਬਹੁਤ ਵਾਇਰਲ ਹੋ ਗਈ। ਸਾਰੀ ਦੁਨੀਆ ਨੇ ਦੇਖ ਲਿਆ ਕਿ ਉਹ ਜਿਹੜੀ ਥਾਰ ਜੀਪ ਸੀ ਜਿਹੜੀ ਕਿ ਅਜੇ ਮਿਸ਼ਰਾ ਜਿਹੜੇ ਮਿਨਿਸਟਰ ਆਫ ਸਟੇਟ ਹੈ, ਜਿਹੜੇ ਹੋਮ ਮਿਨਿਸਟਰ ਨੇ ਇੰਡੀਆ ਦੇ, ਉਹਨਾਂ ਦੇ ਬੇਟੇ ਦੀ ਉਹ ਜੀਪ ਸੀਗੀ ਤੇ ਉਸਨੇ ਕਿੱਦਾਂ ਚਾਰ ਆਦਮੀਆਂ ਨੂੰ ਕੁਚਲ ਕੇ ਉਹ ਲੰਘ ਗਈ ਔਰ ਉਸ ਤੋਂ ਬਾਅਦ ਜਿਹੜਾ ਸ਼ੋਰ ਮਚਿਆ, ਜੋ ਸਾਰੇ ਦੇਸ਼ ਵਿੱਚ ਵਿਵਾਦ ਉੱਠਿਆ, ਜਿਸ ਤਰ੍ਹਾਂ ਨਾਲ ਉੱਤਰ ਪ੍ਰਦੇਸ਼ ਦੀ ਪੁਲਿਸ ਨੇ ਉਸ ਨੂੰ ਸਾਰੇ ਨੂੰ ਲਖੀਮਪੁਰ ਖੇਰੀ ਨੂੰ ਲੌਕ ਕਰ ਦਿੱਤਾ, ਕਿਸੇ ਨੂੰ ਉੱਥੇ ਪਹੁੰਚਣ ਨਹੀਂ ਦਿੱਤਾ। ਉਹ ਕਹਿੰਦੇ ਨੇ ਕਿ ਕੁੱਟਣਾ ਵੀ ਆ, ਮਾਰਨਾ ਵੀ ਆ ਤੇ ਰੋਣ ਵੀ ਨਹੀਂ ਤਾਂ ਦੇਣਾ, ਇਹ ਸਾਡੇ ਦੇਸ਼ ਦੀ ਅੱਜ ਨੀਤੀ। ਪਰ ਇਸ ਤੋਂ ਸਭ ਤੋਂ ਜ਼ਿਆਦਾ ਜਿਹੜੀ ਅਫਸੋਸਨਾਕ ਮੈਂ ਗੱਲ ਕਰਨਾ ਚਾਹੁੰਦਾ ਕਿ ਜਿਹੜੇ ਉਹ ਚਾਰ ਕਿਸਾਨ ਮਾਰ ਦਿੱਤੇ ਗਏ, ਕੱਲ੍ਹ ਤੁੱਥ ਮੁੱਥ ਕਰਕੇ ਸਰਕਾਰ ਨੇ ਆਪਣਾ ਪ੍ਰਭਾਵ ਜਮਾ ਕੇ ਔਰ ਸਾਡੇ ਕਿਸਾਨ ਆਗੂਆਂ ਨੂੰ ਵਿੱਚ ਰਲਾ ਕੇ ਉਹਨਾਂ ਨੂੰ 45-45 ਲੱਖ ਰੁਪਇਆ ਉਹਨਾਂ ਨੂੰ ਮੁਆਵਜ਼ਾ ਦੇ ਦਿੱਤਾ ਤੇ ਇੱਕ ਇੱਕ ਸਰਕਾਰੀ ਨੌਕਰੀ ਦੇ ਦਿੱਤੀ ਤੇ 10-10 ਲੱਖ ਰੁਪਇਆ ਜਿਹੜੇ ਜ਼ਖਮੀ ਹੋਏ ਨੇ ਉਹਨਾਂ ਨੂੰ ਦੇ ਕੇ ਗੱਲ ਨੂੰ ਮੁਕਾ ਦਿੱਤਾ ਹੈ। ਔਰ ਇਹ ਪਹਿਲੀ ਵਾਰ ਨਹੀਂ ਹੋ ਰਿਹਾ। ਪਿੱਛੇ ਜੇ ਯੂਪੀ ਦੇ ਵਿੱਚ ਹਾਥਰਸ ਇੱਕ ਵਾਕਿਆਤ ਹੋਇਆ ਸੀ ਜਿਹਦੇ 'ਚ ਇੱਕ ਗਰੀਬ ਦਲਿਤ ਲੜਕੀ ਦਾ ਪਹਿਲਾਂ ਬਲਾਤਕਾਰ ਕੀਤਾ ਗਿਆ, ਫਿਰ ਉਹਦਾ ਕਤਲ ਕੀਤਾ ਗਿਆ, ਫਿਰ ਉਹਦਾ ਅੱਧੀ ਰਾਤ ਨੂੰ ਸੰਸਕਾਰ ਕਰ ਦਿੱਤਾ ਗਿਆ। ਉਹ ਨੌ ਦਾ ਮਸਲਾ ਹੈ। ਸਾਡੇ ਪੰਜਾਬ ਦੇ ਵਿੱਚ ਬਾਦਲ ਦੇ ਰਾਜ ਵਿੱਚ ਤੁਹਾਨੂੰ ਯਾਦ ਹੋਵੇਗਾ ਕਿ ਹੁਣ ਸਾਲ ਯਾਦ ਨਹੀਂ ਗਾ, ਸ਼ਾਇਦ 2012-13-14 ਇੱਥੇ ਜੇ ਇਹਨਾਂ ਦੀ ਇੱਕ ਵੱਡੀ ਜਿਹੜੀ ਬਾਦਲ ਦੀ ਆਰਬਿਟ ਬੱਸ ਆ, ਇਸ ਨੇ ਇੱਕ ਮੋਗੇ ਦੇ ਲਾਗੇ ਇੱਕ ਦਲਿਤ ਲੜਕੀ ਨਾਲ ਪਹਿਲਾਂ ਉਹਦੇ ਨਾਲ ਮਿਸਬਿਹੇਵ ਕੀਤਾ ਸਟਾਫ ਨੇ, ਫਿਰ ਉਹਨੂੰ ਧੱਕਾ ਮਾਰ ਕੇ ਬਾਹਰ ਸੁੱਟ ਦਿੱਤਾ, ਉਹ ਲੜਕੀ ਮਰ ਗਈ ਸੀਗੀ। ਸਾਰੀ ਦੁਨੀਆ ਉੱਥੇ ਗਈ, ਉਹਨਾਂ ਦੇ ਨਾਲ ਅਫਸੋਸ ਕੀਤਾ ਪ੍ਰਗਟ। ਪਰ ਕਿਉਂਕਿ ਇਹ ਜਿਹੜੇ ਲੋਕ ਨੇ, ਜਿਹੜੇ ਵਿਕਟਿਮਸ ਹੁੰਦੇ ਨੇ, ਇਹ ਇਹਨਾਂ ਦੀ ਐਕਸਪਲੋਇਟੇਸ਼ਨ ਕਰਨਾ ਸਰਕਾਰਾਂ ਜਾਣਦੀਆਂ ਨੇ ਤੇ ਉਹਨਾਂ ਨੇ ਮੋਗੇ ਵਾਲੀ ਲੜਕੀ ਦਾ ਵੀ ਪਿਓ ਨੂੰ, ਪਿਤਾ ਨੂੰ 20-25 ਲੱਖ ਰੁਪਇਆ ਦੇ ਕੇ ਇੱਕ ਅੱਧੀ ਸਰਕਾਰੀ ਨੌਕਰੀ ਦਾ ਵਾਅਦਾ ਕਰਕੇ ਉਸਦਾ ਮੂੰਹ ਬੰਦ ਕਰਾ ਦਿੱਤਾ ਸੀ। ਹੁਣ ਗੱਲ ਇਹ ਇੱਥੇ ਆਉਂਦੀ ਆ ਕਿ 21ਵੀਂ ਸਦੀ ਦੇ ਵਿੱਚ ਕੀ ਸਾਡੇ ਦੇਸ਼ ਵਿੱਚ ਇੱਕ ਇਨਸਾਨ ਦੀ ਕੀਮਤ ਕੇਵਲ 45 ਲੱਖ ਰੁਪਇਆ ਹੈ। ਤੁਹਾਨੂੰ ਸਭ ਨੂੰ ਯਾਦ ਹੋਵੇਗਾ ਕਿ ਆ ਪਿਛਲੇ ਸਾਲ ਹੀ ਸ਼ਾਇਦ ਇੱਕ ਜਾਰਜ ਫਲੋਇਡ ਨਾਮੀ ਗੋਰੇ ਅਫਸਰ ਨੇ ਉੱਥੇ ਇੱਕ ਕਾਲੇ ਦੇ ਇੱਕ ਕਾਲੇ ਵਿਅਕਤੀ ਦੇ ਬਲੈਕ ਆਦਮੀ ਦੇ ਉੱਤੇ ਗੋਡਾ ਰੱਖ ਕੇ ਉਸਦੀ ਜਾਨ ਕੱਢ ਦਿੱਤੀ ਸੀ, ਉਹਨੂੰ ਮਾਰ ਦਿੱਤਾ ਸੀ। ਇਟ ਵਾਸ ਬ੍ਰੌਡ ਡੇ ਲਾਈਟ ਮਰਡਰ ਔਰ ਉਹਦੇ 'ਚ ਬਹੁਤ ਸ਼ੋਰ ਮਚਿਆ, ਜਿੱਦਾਂ ਆਪਣੇ ਅੱਜ ਕਿਸਾਨਾਂ ਦੇ ਅੰਦੋਲਨ ਨੂੰ ਲੈ ਕੇ, ਕਿਸਾਨਾਂ ਦੀ ਹੱਤਿਆਵਾਂ ਨੂੰ ਲੈ ਕੇ ਅੱਜ ਸ਼ੋਰ ਮਚ ਰਿਹਾ ਵਾ। ਉਹਦੇ ਵਿੱਚ ਅਮੈਰੀਕਨ ਗਵਰਨਮੈਂਟ ਨੇ, US ਗਵਰਨਮੈਂਟ ਨੇ ਇਮੀਡੀਏਟ ਟ੍ਰਾਇਲ 6 ਮਹੀਨਿਆਂ ਦੇ ਵਿੱਚ ਉਸਨੂੰ ਉਮਰ ਕੈਦ ਦੀ ਸਜ਼ਾ ਕਰਾਤੀ। ਉਮਰ ਕੈਦ ਸਾਡੇ ਵਾਲੀ ਨਹੀਂ, 7 ਸਾਲ ਤੇ 14 ਸਾਲ ਵਾਲੀ ਨਹੀਂ, 150-200 ਸਾਲ ਦੀ ਸਜ਼ਾ ਕਰਦੇ। ਜਿਹੜਾ ਬੰਦਾ ਅੰਦਰ ਹੀ ਖਤਮ ਹੋ ਜਾਂਦਾ, ਉਹਨੂੰ ਕੋਈ ਸਕੋਪ ਨਹੀਂ ਗਾ ਦੁਬਾਰਾ ਜ਼ਿੰਦਗੀ 'ਚ ਬਾਹਰ ਕਿਤੇ ਆ ਸਕੇ। ਇਸ ਲਈ ਮੈਂ ਇਹ ਕਹਿਣਾ ਚਾਹੁੰਦਾ ਹਾਂ ਕਿ ਜੋ ਕੁਛ ਕਿਸਾਨ ਅੰਦੋਲਨ ਨੂੰ ਲੈ ਕੇ ਜਿਸ ਤਰ੍ਹਾਂ ਦਾ ਰਵੱਈਆ ਬੀਜੇਪੀ ਦੀ ਸਰਕਾਰ ਨੇ ਅਖਤਿਆਰ ਕੀਤਾ, ਉਹ ਬਹੁਤ ਹੀ ਇਨਹਿਊਮਨ ਹੈ। ਪਹਿਲਾਂ ਤਾਂ ਸਾਲ ਤੋਂ ਤਕਰੀਬਨ ਉਹ ਦਿੱਲੀ ਦੇ ਬਾਰਡਰਸ ਦੇ ਉੱਤੇ ਬੈਠੇ ਨੇ, 700 ਦੇ ਕਰੀਬ ਲੋਕ ਮਰ ਚੁੱਕੇ ਨੇ, ਪਰ ਸਾਡੀ ਸਰਕਾਰ ਦੇ ਉੱਤੇ ਕੋਈ ਅਸਰ ਨਹੀਂ ਪਿਆ। ਔਰ ਉੱਥੇ ਟਰੈਕਟਰ ਪਰੇਡ ਵਾਲੇ ਦਿਨ ਇੱਕ ਨਵਰੀਤ ਸਿੰਘ ਨੌਜਵਾਨ ਜਿਹੜਾ ਆਸਟ੍ਰੇਲੀਆ ਤੋਂ ਆਇਆ ਸੀਗਾ, ਰੁਦਰਪੁਰ ਦਾ ਰਹਿਣ ਵਾਲਾ ਸੀਗਾ, ਡਿਪਡਿਪਾ ਪਿੰਡ ਦਾ, ਉਹਦੀ ਵੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਅੱਜ ਤੱਕ ਕੋਈ ਇਨਸਾਫ ਨਹੀਂ ਦਿੱਤਾ। ਇੰਨੀ ਬੇਇਨਸਾਫੀ ਦੇ ਨਾਲ ਅਸੀਂ ਦੁਨੀਆ ਨੂੰ ਕੀ ਦਿਖਾਉਣਾ ਚਾਹੁੰਦੇ ਹਾਂ ਕਿ ਸਾਡਾ ਦੇਸ਼ ਜਿਹੜਾ ਹੈਗਾ ਉਹ ਹੈ? ਵੈਸੇ ਕਹਿਣ ਨੂੰ ਸਭ ਤੋਂ ਵੱਡੀ ਡੈਮੋਕਰੇਸੀ ਹੈ ਵਰਲਡ ਦੀ, ਪਰ ਅਸਲ ਵਿੱਚ ਡੈਮੋਕਰੇਸੀ ਦੀ ਗਾਰਡ ਦੇ ਵਿੱਚ, ਉਹਦੀ ਆੜ ਦੇ ਵਿੱਚ ਅਸਲ ਜੇ ਕੋਈ ਡਿਕਟੇਟਰਸ਼ਿਪ ਹੋ ਸਕਦੀ ਤਾਂ ਮੈਂ ਇਸ ਨੂੰ ਡਿਕਟੇਟਰਸ਼ਿਪ ਕਰਾਰ ਦੇ ਸਕਦਾ ਹਾਂ। ਇੱਕ ਆਦਮੀ ਜਾਂ ਦੋ ਆਦਮੀ ਇਸ ਦੇਸ਼ ਦੀ ਭਵਿੱਖ ਦਾ ਫੈਸਲਾ ਕਰ ਰਹੇ ਆ। ਤੁਸੀਂ ਜਿੰਨਾ ਮਰਜ਼ੀ ਸ਼ੋਰ ਮਚਾਈ ਜਾਓ, ਜਿੰਨਾ ਮਰਜ਼ੀ ਹਿਊਮਨ ਰਾਈਟਸ ਦੇ ਗਰੁੱਪਸ ਵਾਲੇ ਰੌਲਾ ਪਾਈ ਜਾਣ, ਪਰ ਸਰਕਾਰ ਟਸ ਤੋਂ ਮਸ ਹੋਣ ਲਈ ਤਿਆਰ ਨਹੀਂ। ਔਰ ਤੁਸੀਂ ਦੇਖਿਆ ਕਿ ਪਿਛਲੇ 7-1 ਸਾਲ 'ਚ ਜਿੰਨੀਆਂ ਏਜੰਸੀਆਂ ਨੇ ਤਹਿਕੀਕਾਤ ਕੀਤੀ, ਜਿਹੜੀਆਂ ਪਾਵਰਫੁੱਲ ਏਜੰਸੀਜ਼ ਆ ਗਵਰਨਮੈਂਟ ਆਫ ਇੰਡੀਆ ਦੀਆਂ, ਚਾਹੇ ਉਹ CBI ਹੈ ਚਾਹੇ ਉਹ ED ਹੈ, ਉਹਨਾਂ ਨੇ ਸਾਰੇ ਓਪੋਜੀਸ਼ਨ ਦੇ ਉੱਤੇ ਹੀ ਤਹਿਕੀਕਾਤ ਕੀਤੀ। ਮਤਲਬ ਕਿ 7 ਸਾਲਾਂ ਦੇ ਵਿੱਚ BJP ਦੇ ਕਿਸੇ ਆਗੂ ਨੇ ਇੱਕ ਵੀ ਗਲਤ ਕੰਮ ਨਹੀਂ ਕੀਤਾ, ਕਿਸੇ ਨੂੰ ED ਨੇ ਜਾਂਚ ਨਹੀਂ ਕੀਤੀ, ਕਿਸੇ ਦੀ CBI ਜਾਂਚ ਨਹੀਂ ਕੀਤੀ। ਇਹਦੇ ਨਾਲੋਂ ਵੱਡਾ ਦੁਰਉਪਯੋਗ ਕੇਂਦਰ ਦੀਆਂ ਏਜੰਸੀਆਂ ਦਾ ਜਾਂ ਸਟੇਟ ਪਾਵਰ ਦਾ, ਇਹਦੇ ਨਾਲੋਂ ਜ਼ਿਆਦਾ ਵੱਡਾ ਅਫਸੋਸ ਨਹੀਂ ਹੋ ਸਕਦਾ। ਪਰ ਜੋ ਕੁਛ ਪਹਿਲਾਂ ਉੱਥੇ ਵਾਪਰਿਆ ਲਖੀਮਪੁਰ ਖੇਰੀ ਵਿੱਚ ਅੱਜ ਤੋਂ 2 ਦਿਨ ਪਹਿਲਾਂ, ਸਾਡੀ ਹਮਦਰਦੀ ਉਹਨਾਂ ਦੇ ਨਾਲ ਵੀ ਆ ਜਿਹੜੇ ਕੋਈ 4 ਆਦਮੀ ਸਿਵਿਲੀਅਨਸ ਹੋਰ ਵੀ ਮਾਰੇ ਗਏ ਨੇ, ਸਾਡੀ ਹਮਦਰਦੀ ਉਹਨਾਂ ਦੇ ਨਾਲ ਵੀ ਆ, ਪਰ ਕੀ ਉਹਨਾਂ ਲੋਕਾਂ ਨੂੰ ਇਨਸਾਫ ਮਿਲ ਸਕੇਗਾ ਕਦੀ? ਮੈਨੂੰ ਟਿਕੈਟ ਸਾਹਿਬ ਤੇ ਵੀ ਥੋੜਾ ਅਫਸੋਸ ਹੈ ਕਿ ਤੁਸੀਂ ਵਿੱਚ ਬੈਠ ਕੇ ਸਮਝੌਤਾ ਕਰਾ ਦਿੱਤਾ। ਇਹਦੇ ਨਾਲੋਂ ਚੰਗਾ ਸੀਗਾ, ਠੀਕ ਹੈ 45 ਲੱਖ ਰੁਪਇਆ ਹੋ ਸਕਦਾ ਉਹਨਾਂ ਪਰਿਵਾਰਾਂ ਵਾਸਤੇ ਬਹੁਤ ਕੀਮਤ ਹੋਵੇ,
पर जे कि तुसी इस नूं लॉजिकल कंकलूजन तक लैके जांदे, इस नूं एक इशू बनाउंदे कि तुसी जिहड़े चार बंदे मारे ने उस जीप दे, उन्हां लोगां नूं कतल विच अंदर ते उन्हां दे खिलाफ क्रिमिनल एक्शन होना चाहिए। परचा दर्ज किया है जिहड़ा अजय मिश्रे दे लड़के दे उत्ते कतल दा परचा दर्ज किया, पर कहिंदे असीं अरेस्ट 8 दिन तो बाद करांगे। किसी ने इत्थे अरेस्ट नहीं करना, तुहाडे सामने सारी गल आ जाएगी। और जिहड़ी जुडिशियल इनकुआयरी लाई आ, एक रिटायर्ड जज की इनकुआयरी लाई आ, ये मैं तुहानूं सब नूं दसना चाहुंदा कि जिहड़े रिटायर्ड जजेस ने, ये प्लायबल जजेस ने, इन्हां नूं सरकारां ऑफटन पहला गल करके तो फिर इन्हों जांच देंगे ने, फिर इन्हों गड्डियां मोटरां कोठियां देंगे ने कि साढ़े मुताबक तुसी सारी जांच करनी है, और इस जांच चो भी कुछ नहीं निकलेगा। आफ्टरऑल आपां सब ने इत्थे रहना। और जिस ढंग दे नाल होम मिनिस्टर, एक देश का जिहड़ा होम मिनिस्टर बैठा दिल्ली दे विच, उहदे मुंडे नूं यूपी की सरकार को हथ ला सकेगी? भावें नामजद करता FIR दे विच, असूलन तां जे ये देश वाकई डेमोक्रेटिक सीगा ते कुछ कदरां कीमतां दी वैल्यूज दी कदर करदा वा, सत्कार करदा, ਤਾਂ ਪ੍ਰਾਈਮ ਮਿਨਿਸਟਰ ਸਾਹਿਬ ਨੂੰ ਜਿਹੜਾ ਮਿਨਿਸਟਰ ਆਫ ਸਟੇਟ ਫਾਰ ਹੋਮ ਸੀਗਾ ਅਜੇ ਮਿਸ਼ਰਾ, ਉਸ ਨੂੰ ਫੌਰੀ ਤੌਰ ਦੇ ਉੱਤੇ ਆਪਣੀ ਕੈਬਨਿਟ ਚੋਂ ਡਿਸਮਿਸ ਕਰ ਦੇਣਾ ਚਾਹੀਦਾ ਸੀਗਾ। ਔਰ ਜਿਸ ਯੂਪੀ ਦੇ ਜਿਹੜਾ ਡਿਪਟੀ ਚੀਫ ਮਿਨਿਸਟਰ ਜਿਹੜਾ ਮੌਰਿਆ, ਜਿਹੜਾ ਕਿਸਾਨਾਂ ਨੂੰ ਝੇਡਾਂ ਕਰਦਾ, ਉਹਨਾਂ ਨੂੰ ਕਹਿੰਦਾ ਸਿਰਫ 2 ਮਿੰਟ ਦਾ ਸਮਾਂ ਮੈਨੂੰ ਚਾਹੀਦਾ, ਮੈਂ ਤੁਹਾਨੂੰ ਬੰਦੇ ਬਣਾ ਦੂੰਗਾ, ਉਹਨੂੰ ਅਹੁਦੇ ਤੋਂ ਬਰਖਾਸਤ ਕਰਨਾ ਚਾਹੀਦਾ ਸੀ। ਜਿਹੜਾ ਖੱਟੜ ਹਰਿਆਣੇ ਦਾ ਚੀਫ ਮਿਨਿਸਟਰ, ਜਿਸ ਨੇ ਬਹੁਤ ਭੈੜਾ ਬਿਆਨ ਦਿੱਤਾ, ਔਰ ਇੱਕ ਵਾਰ ਨਹੀਂ ਦਿੱਤਾ, ਲਗਾਤਾਰ ਦੇ ਰਿਹਾ ਵਾ, ਲੋਕਾਂ ਨੂੰ ਚੜਾ ਰਿਹਾ, ਕਦੀ ਕਿਸਾਨਾਂ ਨੂੰ ਪਿਕਨਿਕ ਤੇ ਬੈਠੇ ਕਹਿੰਦਾ, ਕਦੀ ਉਹਨਾਂ ਨੂੰ ਟੈਰਰਿਸਟ ਕਹਿੰਦਾ, ਕਦੀ ਉਹਨਾਂ ਨੂੰ ਨਕਸਲਵਾਦੀ ਕਹਿੰਦਾ। ਇਹਨਾਂ ਲੋਕਾਂ ਦਾ ਕੋਈ ਅਧਿਕਾਰ ਹੈ ਏਡੇ ਉੱਚ ਅਹੁਦਿਆਂ ਤੇ ਬੈਠ ਕੇ ਲੋਕਾਂ ਨੂੰ ਟਿੱਚਰਾਂ ਕਰਨ ਦਾ? ਔਰ ਇਹਨਾਂ ਨੂੰ ਡਿਸਮਿਸ ਕਰਦੇ, ਫਿਰ ਇਮੀਡੀਏਟਲੀ FIR ਦਰਜ ਕਰਦੇ, ਔਰ ਕਲਪ੍ਰਿਟਸ ਨੂੰ ਵਿਦਇਨ 24 ਆਵਰਸ ਅਰੈਸਟ ਕਰਦੇ, ਔਰ 6 ਮਹੀਨਿਆਂ ਦੇ ਵਿੱਚ ਉਹਨਾਂ ਦੀ ਟ੍ਰਾਇਲ ਕਰਦੇ ਤੇ ਉਹਨਾਂ ਲੋਕਾਂ ਨੂੰ ਉਮਰ ਕੈਦ ਕਰਦੇ। ਫਿਰ ਇੱਕ ਸੁਨੇਹਾ ਜਾਣਾ ਸੀਗਾ ਕਿ ਸਾਡੇ ਦੇਸ਼ ਦੇ ਵਿੱਚ ਲਾਅ ਐਂਡ ਆਰਡਰ ਜਿਹੜਾ ਵਾ ਉਹ ਸਭ ਵਾਸਤੇ ਇੱਕ ਹੈ। ਸਾਡੇ ਨਾਲੋਂ ਤਾਂ ਚੰਗਾ ਦੁਬਈ ਹੈਗਾ, ਤੁਸੀਂ ਜਾ ਕੇ ਦੇਖ ਲਓ ਉਸਨੇ ਕਿੱਦਾਂ ਤਰੱਕੀ ਕੀਤੀ। 30-35 ਸਾਲ ਪਹਿਲਾਂ ਭਾਰਤ ਦੀ ਕਰੰਸੀ ਦੁਬਈ ਨਾਲੋਂ ਦੁੱਗਣੀ ਸੀਗੀ, ਸ਼ਾਇਦ ਤਿਗਣੀ ਹੋਵੇਗੀ। ਅੱਜ ਜਾ ਕੇ ਤੁਸੀਂ ਦੇਖ ਲਓ ਉਹਦੇ ਦਰਾਮ ਦਾ ਤੇ ਸਾਡੇ ਰੁਪਈਏ ਦੀ ਕੀ ਵੈਲਿਊ, ਆਪਾਂ ਕੱਖ ਵੀ ਨਹੀਂ ਉਹਨਾਂ ਦੇ ਸਾਹਮਣੇ। ਕਿਉਂ? ਔਰ ਉੱਥੇ ਕੋਈ ਜਮਹੂਰੀਅਤ ਨਹੀਂ, ਫਰਜ਼ੀ ਜਮਹੂਰੀਅਤ ਨਹੀਂ। ਉੱਥੋਂ ਦੇ ਸ਼ੇਖ ਨੇ ਇਹ ਸਿਰਫ ਮਨ ਬਣਾਇਆ ਕਿ ਮੈਂ ਇੱਥੇ ਲਾਅ ਐਂਡ ਆਰਡਰ ਬਹੁਤ ਸਟ੍ਰਿਕਟ ਰੱਖਣਾ, ਇੱਥੇ ਕਿਸੇ ਨੂੰ ਕਾਨੂੰਨ ਨਹੀਂ ਤੋੜਨ ਦੇਣਾ, ਭਾਵਾਂ ਕੋਈ ਤਾਕਤਵਰ ਆਦਮੀ ਹੈ ਤੇ ਭਾਵਾਂ ਕੋਈ ਗਰੀਬ ਆਦਮੀ। ਅੱਜ ਦੁਬਈ ਦੁਨੀਆ ਭਰ ਚੋਂ ਅੱਗੇ ਲੰਘ ਚੁੱਕਾ, ਜੇ ਮੈਂ ਗਲਤ ਨਾ ਹੋਵਾਂ ਤਾਂ, ਜੇ ਅਗਰ ਆਪਾਂ ਅਮਰੀਕਾ ਨੂੰ ਸਭ ਤੋਂ ਅੱਛਾ ਦੇਸ਼ ਮੰਨਦੇ ਹਾਂ ਤਾਂ ਦੁਬਈ ਜਾ ਕੇ ਦੇਖ ਲਓ, ਉਹ ਅਮਰੀਕਾ ਨੂੰ ਮਾਤ ਪਾ ਕੇ ਬੈਠਾ ਹੈ। ਚਾਹੇ ਉਹ ਇਕਨੋਮੀ ਦੀ ਗੱਲ ਕਰ ਲਓ, ਚਾਹੇ ਟੂਰਿਜ਼ਮ ਦੀ ਗੱਲ ਕਰ ਲਓ, ਚਾਹੇ ਰੋਡ ਇਨਫਰਾਸਟ੍ਰਕਚਰ ਦੀ ਗੱਲ ਕਰ ਲਓ, ਚਾਹੇ ਐਜੂਕੇਸ਼ਨ ਦੀ ਗੱਲ ਕਰ ਲਓ, ਚਾਹੇ ਹੈਲਥ ਕੇਅਰ ਦੀ ਗੱਲ ਕਰ ਲਓ। ਕਿਉਂ ਹੋਇਆ? ਕਿਉਂਕਿ ਜਦੋਂ ਉਹਨਾਂ ਨੇ ਯਕੀਨ ਦਵਾਇਆ ਕਿ ਸਾਡਾ ਦੇਸ਼ ਕੋਈ ਕਾਨੂੰਨ ਕਿਸੇ ਨੂੰ ਤੋੜਨ ਦੀ ਆਗਿਆ ਨਹੀਂ ਦੇਵੇਗਾ, ਸਭ ਮਹਿਫੂਜ਼ ਹੋਣਗੇ, ਔਰਤਾਂ ਰਾਤ 2:30 ਵਜੇ ਤੱਕ ਫਿਰਨ, ਸਾਡੀਆਂ ਇਹ ਸਾਡੇ ਦੇਸ਼ ਵਿੱਚ ਮਹਿਫੂਜ਼ ਹੋਣਗੇ। ਸਾਰੀ ਦੁਨੀਆ 'ਚ ਉੱਥੇ ਇਨਵੈਸਟਮੈਂਟ ਆਏ, ਸਾਰੀ ਦੁਨੀਆ ਨੇ ਆਪਣਾ ਪੈਸਾ ਦੁਬਈ ਦੇ ਵਿੱਚ ਲਾਇਆ, ਤਾਂ ਦੁਬਈ ਕਿਤੇ ਦਾ ਕਿਤੇ ਅੱਗੇ ਲੰਘ ਗਿਆ। ਇਕੱਲਾ ਦੁਬਈ ਨਹੀਂ, ਜਪੈਨ, ਕੋਰੀਆ ਵਰਗੇ ਦੇਸ਼ ਜਿਹਨਾਂ ਨੂੰ ਆਪਾਂ ਘੱਟ ਜਾਣਦੇ ਹਾਂ, ਆਹ ਜਿਹੜੇ ਚਲੋ ਨੌਰਥ ਅਮੈਰੀਕਾ ਨੂੰ ਤਾਂ ਅਸੀਂ ਮੰਨਦੇ ਹਾਂ ਕਿ ਇੱਥੇ ਲਾਅ ਐਂਡ ਆਰਡਰ ਨੂੰ ਮੇਨਟੇਨ ਕੀਤਾ ਜਾਂਦਾ, ਇੱਥੇ ਸਟ੍ਰਿਕਟ ਆ ਗਵਰਨਮੈਂਟਸ, ਈਵਨ ਨਿਊਜ਼ੀਲੈਂਡ ਵਰਗੇ ਦੇਸ਼, ਆਸਟ੍ਰੇਲੀਆ ਵਰਗੇ ਦੇਸ਼, ਇਹਨਾਂ ਲੋਕਾਂ ਨੇ ਜਾਂ ਯੂਰਪ, ਸਾਰਾ ਤਰੱਕੀ ਤਾਂਹੀਓਂ ਕੀਤੀ ਆ, ਸਭ ਤੋਂ ਪਹਿਲਾਂ ਇਹਨਾਂ ਨੇ ਕਾਨੂੰਨ ਦੀ ਵਿਵਸਥਾ ਇੱਕ ਬਣਾਈ, ਜੱਜ ਵਾਸਤੇ ਵੀ ਉਹੀ ਕਾਨੂੰਨ, ਮੰਤਰੀ ਵਾਸਤੇ ਵੀ ਉਹੀ ਕਾਨੂੰਨ, ਕੋਈ ਲਾਲ ਬੱਤੀ ਵੀ ਤੋੜਦਾ ਉਹਨੂੰ ਫੜ ਕੇ ਉਹਦਾ ਚਲਾਨ ਕਰਦੇ ਨੇ, ਸੰਕੇਤ ਦਿੰਦੇ ਨੇ ਦੂਜਿਆਂ ਨੂੰ ਕਿ ਤੁਸੀਂ ਇੱਥੇ ਕਾਨੂੰਨ ਨਹੀਂ ਤੋੜ ਸਕਦੇ। ਪਰ ਸਾਡੇ ਦੇਸ਼ ਵਿੱਚ ਕਾਨੂੰਨ ਤਾਂ ਤੋੜਨਾ ਚਲੋ ਇੱਕ ਪਾਸੇ ਹੈ, ਜਿਸ ਢੰਗ ਦੇ ਨਾਲ ਉਹ ਥਾਰ ਜੀਪ ਨੇ ਕਰਾਊਡ ਦੇ ਵਿੱਚ ਦੀ ਜਾ ਕੇ ਚਾਰ ਆਦਮੀਆਂ ਨੂੰ ਬਿਲਕੁਲ ਰੌਂਦ ਦਿੱਤਾ, ਮਾਰ ਦਿੱਤਾ, ਤੇ ਰੁਕੇ ਵੀ ਨਹੀਂ, ਇਹ ਵੀ ਨਹੀਂ ਪੁੱਛਿਆ ਕਿ ਅਸੀਂ ਰੁਕ ਕੇ ਮਾੜਾ ਮੋਟਾ ਇਹਨਾਂ ਦੇ ਹਾਲ ਪੁੱਛ ਕੇ ਇਹਨਾਂ ਹਸਪਤਾਲ ਚੱਕ ਕੇ ਲੈ ਜਾਈਏ, ਇੰਜਰਡ ਨੂੰ ਲੈ ਜਾਈਏ। ਇਹਨਾਂ ਤੇ ਤਾਂ ਬਹੁਤ ਵੱਡਾ ਮੁਕੱਦਮਾ ਬਣਾ ਕੇ ਤੁਰੰਤ ਜੇਲ੍ਹਾਂ ਵਿੱਚ ਸੁੱਟਣਾ ਚਾਹੀਦਾ ਸੀਗਾ। ਔਰ ਮੈਂ ਸਮਝਦਾ ਕਿ ਜਿਹੜਾ ਕਿਸਾਨ ਮੋਰਚਾ, ਇਹ ਥੋੜ੍ਹਾ ਇੰਤਜ਼ਾਰ ਕਰਦੇ, ਇਸ ਨੂੰ ਐਜੂਕੇਟ ਕਰਦੇ, ਇਸ ਨੂੰ ਨੇਸ਼ਨ ਵਾਈਡ ਇੱਕ ਸਟਰਗਲ ਬਣਾਉਂਦੇ, ਸਾਰੀਆਂ ਆਪੋਜੀਸ਼ਨ ਪਾਰਟੀਜ਼ ਨੂੰ ਨਾਲ ਲੈਂਦੇ, ਸਾਰੇ ਸ਼ੋਰ ਮਚਾਉਂਦੇ, ਇੱਕ ਵਾਰ ਫੈਸਲਾ ਕੁੰਨ ਲੜਾਈ ਲੜਦੇ। ਇਹ ਫੈਸਲਾ ਕੁੰਨ ਲੜਾਈ ਕਿਸੇ ਦਿਨ ਆਪਣੇ ਦੇਸ਼ ਵਿੱਚ ਲੜਨੀ ਪੈਣੀ ਆ, ਵਰਨਾ ਇੱਦਾਂ ਹੀ ਲੋਕੀ ਕੁਛ ਲੈ ਜਾਣਗੇ, ਇੱਦਾਂ ਹੀ 25-30 ਲੱਖ ਰੁਪਏ ਕੀਮਤਾਂ ਲਾਈਆਂ ਜਾਣਗੀਆਂ, ਇੱਦਾਂ ਹੀ ਬਲਾਤਕਾਰ ਹੋਣਗੇ, ਔਰ ਇੱਦਾਂ ਹੀ ਬੇਇਨਸਾਫੀ ਦਾ ਰਾਜ ਜਿਹੜਾ ਉਹ ਚੱਲਦਾ ਰਹੇਗਾ। ਮੈਨੂੰ ਤਾਂ ਬਸ ਅੱਜ ਇਹੀ ਦੁੱਖ ਸੀਗਾ, ਮੈਂ ਹਾਲਾਂਕਿ ਮੈਂ ਥੋੜ੍ਹਾ ਬਿਲੇਟਡ ਹਾਂ, ਕੱਲ੍ਹ ਅਸੀਂ ਚੰਡੀਗੜ੍ਹ ਪ੍ਰਦਰਸ਼ਨ ਕਰਨਾ ਸੀ, ਸਾਰਾ ਦਿਨ ਸਾਡਾ ਉੱਥੇ ਲੰਘ ਗਿਆ। ਮੈਨੂੰ ਬਸ ਅਫਸੋਸ ਆ ਕਿ ਸਾਡੇ ਭਾਰਤ ਕਿਹੜੇ ਪਾਸੇ ਨੂੰ ਜਾ ਰਿਹਾ। ਭਗਤ ਸਿੰਘ ਉਹਨਾਂ ਨੇ ਜਦੋਂ ਜਾਨ ਦਿੱਤੀ ਹੋਣੀ ਆ, ਫਾਂਸੀ ਤੇ ਚੜੇ ਹੋਣੇ ਆ, ਜਦੋਂ ਡੈਰੀਆਂ ਲਿਖਦੇ ਹੋਣੇ ਆ, ਉਹਨਾਂ ਨੇ ਤਾਂ ਸੁਪਨਾ ਹੀ ਕੋਈ ਹੋਰ ਲਿਆ ਸੀਗਾ, ਤੇ ਸਾਡਾ ਦੇਸ਼ 75 ਸਾਲ ਬਾਅਦ ਕਿਹੜੀ ਲਾਈਨ ਦੇ ਉੱਤੇ ਚੱਲਿਆ ਹੋਇਆ,
वो तुसी आप देख सकते हैं। मैं जे दो शब्द कश्मीर वास्ते भी कहना चाहना, कल एक आर्टिकल पढ़ रहा सीगा, वो कहते सब तो हैविली मिलिटराइज जोन है कश्मीर सारी दुनिया का, सब तो ज्यादा फौज एक छोटे जे इलाके दे विच, ए ओपन जेल कहते कश्मीर बनी, ओपन जेल बनी हुई है, सारा कुछ कट देंगे ने इंटरनेट वगैरह सर्विस जो सरकार ने कोई गलत काम करना। इस जमहूरियत का कभी कहा नहीं जा सकता, बड़ा अफसोस है साड़ी, उन्होंने नाल भी हमदर्दी है, परंतु की कहने होंगे कि सब आप बेबस है, सब की अपनी अपनी दौड़ लगी हुई है, कोई किधर भजा जाता कोई किधर भजा जाता, लेकिन किसी ने जरा मेजर इशूज ने जिथे उद गवर्नमेंट न एक बार घेरन की लड़ सी। मैं मेरी हमदर्दी प्रियंका गांधी जी भी है, उन्होंने अरेस्ट कर लिया उ जाके, उन्होंने धक्के मारे ने इस एक औरत बंद ने धक्के मारे ने, ए ज्यादा दुखदाई माड़ी अफसोसनाक घटना नहीं हो सकती। कुछ किसी दिन एक फैसला को लड़ाई जी आप सब लड़नी पवे, पर दिन किदन होगा कौन लड़ेगा ये आने वाला समा ही सारा दसेगा। पर एक बार फिर मेरी दिल दिया गहराइया तो हमदर्दी है उन्होंने परिवारों के नाल जो मारे गए ने, चाहे कोई सीगा, और जो जो बहुत कमदिला एक्शन सरकार दे रही है मैं सख्त शब्दों के निंदा करना और इंसाफ की उम्मीद करते हुए थोड़े सारे तो आगे लेना।